ਅਸਲਾਮ ਵਾਲੇਕੁਮ ਸੀ, ਮੈਂ ਤੁਹਾਡਾ ਆਪਣਾ ਇਨਾਮ ਅਤੇ ਤੁਸੀਂ ਸਾਡੇ ਦੇ ਪਏ ਇਨਾਮ ਜਾਨੀ ਯੂਟਿਊਬ ਚੈਨਲ। ਉਮੀਦ ਕਰਿਆ ਨਾ ਅੱਲਾ ਪਾਕ ਸਿੰਘ ਕੋਲੋਂ ਤੁਸੀਂ ਸਾਰੇ ਠੀਕ ਠਾਕ ਹੋ ਸੋ ਅਤੇ ਆਪਣਾ ਅਤੇ ਆਪਣਾ ਦਾ ਬਹੁਤ ਖਿਆਲ ਰੱਖਿਆ ਕਰੋ। ਗਰਮੀ ਦੇ ਡੀਨ ਸਿੰਘ ਅਤੇ ਅੱਜ ਅਸੀਂ ਡੀ ਥੀ ਗਏ ਜਨਾਬ ਖਮੀਸ ਦਾ ਅਤੇ ਤਾਰੀਖ ਥੀ ਗਈ ਸੀ 30। ਅੱਜ ਦੇ ਦਿਨ ਅਸੀਂ ਮਾਰਕੀਟ ਦੇ ਵਿੱਚ ਗੰਦਮ ਦਾ ਕਿਆ ਸੀਨ ਹੈ, ਕਿਆ ਪ੍ਰੋਗਰਾਮ ਹੈ ਸੀ। ਕਣਕ ਤਾਂ ਵੱਢਦੀ ਵੀ ਸੀ, ਰੋਜ਼ ਬਾ ਰੋਜ਼ ਰੇਟ ਡਾਊਨ ਐਨ ਥੱਲੇ ਵਿੰਦੇ ਪੈਣ ਸੀ ਅਤੇ ਇਹਦੀ ਇੱਕ ਵਜ੍ਹਾ ਜਿਹੜੀ ਸੀ ਮੈਨੂੰ ਮਾਲੂਮ ਥਈ ਹੈ ਅਤੇ ਉਹ ਤਾਂ ਨਾ ਮੈਂ ਸ਼ੇਅਰ ਕਰੇ ਨਾ ਅਤੇ ਬਾਕੀ ਅੱਲਾਹ ਤਾਲਾ ਖੈਰ ਕਰੇ। ਅਤੇ ਜਿਹੜਾ ਫਿਰਾ ਮੇਰਾ ਚੈਨਲ 'ਤੇ ਨਵਾਂ ਹੈ ਉਹ ਚੈਨਲ ਕੋ ਕਰ ਗਈ ਸੀ ਸਬਸਕ੍ਰਾਈਬ, ਤੁਹਾਡੀ ਸਪੋਰਟ ਦੀ ਜ਼ਰੂਰਤ ਰਹਿ ਪੈਂਦੀ ਹੈ ਲਾਲਾ। ਅਤੇ ਚੈਨਲ ਕੋ ਕਰ ਕਰੋ ਸਬਸਕ੍ਰਾਈਬ ਅਤੇ ਲਾਈਕ ਵੀ ਜ਼ਰੂਰ ਕੀਤਾ ਕਰੋ ਵੀਡੀਓ ਕੋ। ਅਤੇ ਭਜਨ ਜਿਹੜਾ ਅੱਗੇ ਸੁਣਿਆ ਕਿ ਕੇ ਪੀ ਕੇ ਕੋ ਕਣਕ ਵਹਿੰਦੀ ਪਈ ਹੈ ਅਤੇ ਹੁਣ ਤਾਂ ਨਾ ਪਾਬੰਦੀ ਲਾਈ ਹੈ, ਪਾਬੰਦੀ ਤਾਂ ਪਹਿਲੇ ਵੀ ਹੈ ਲੇਕਿਨ ਆਖਿਆ ਹੀ ਸੀ ਜਿਹੜਾ ਕੋਈ ਪਰਮਿਟ ਖਿੰਨ ਸੀ ਉਹ ਕਣਕ ਖਿੰਦੇ ਪਏ ਸੀ, ਇੱਕ ਗੱਡੀ ਦਾ ਪਰਮਿਟ ਜਾਂ ਦੋ ਗੱਡੀ ਦਾ ਪਰਮਿਟ ਖਿੰਨ ਸੀ ਤਾਂ ਉਹ ਕਣਕ ਖਿੰਦੇ ਪਏ ਸੀ। ਪਹਿਲੇ ਵਾਲੀ ਕਾਰ ਕਹਿਣੀ ਸੀ ਕਿ ਪਠਾਨ ਆਉਂਦੇ ਪਏ ਹਨ ਅਤੇ ਗਿੱਧੀ ਅਤੇ ਖਿੰਦ ਗਏ, ਓਲਾ ਰੋਲਾ ਕਹਿਣੀ ਪਰਮਿਟ ਚੱਲਦੇ ਪਏ ਹਨ। ਹੁਣ ਅੱਜ ਪਰਮਿਟ 'ਤੇ ਵੀ ਪਾਬੰਦੀ ਲਾ ਦਿੱਤੀ ਹੈ ਕਿ ਕਣਕ ਬਿਲਕੁਲ ਖਤਮ ਬੰਦ, ਕਣਕ ਕਹਿਣਾ ਪਏ ਸੀ ਅਤੇ ਹੀ ਗੱਲ ਰੇਟ ਅੱਜ ਠੀਕ ਸੀ ਮੰਦੇ। ਅਤੇ ਅੱਜ ਦੇ ਦਿਨ ਅਸੀਂ ਗੱਲਾਂ ਮੰਡੀ ਦੇ ਵਿੱਚ ਕਿਆ ਕਣਕ ਦੇ ਰੇਟ ਚੱਲਦੇ ਪਏ ਸੀ, ਚੰਗੀ ਕਣਕ ਦਾ ਕਿਆ ਰੇਟ ਹੈ ਅਤੇ ਮਾੜੀ ਕਣਕ ਦਾ ਕਿਆ ਰੇਟ ਹੈ। ਜਿਹੜੀ ਹੈ ਨਾ ਅਸੀਂ ਸਭ ਤੋਂ ਮਾੜੀ ਕਣਕ ਜਿਹੜੀ ਭਜਨ ਹਲਕੀ ਮਿਲ ਕੁਆਲਿਟੀ ਉਹ ਤਕਰੀਬਨ 2600 ਰੁਪਏ ਹੈ ਅਤੇ ਜਿਹੜੀ ਹੁਣ ਕੋਲੋਂ ਥੋੜ੍ਹੀ ਅੱਛੀ ਹੈ ਉਹ ਤਕਰੀਬਨ ਕੋਈ 2600-2750 ਰੁਪਏ ਤੱਕ ਹੈ ਸੀ। ਅਤੇ ਜਿਹੜੀ ਖਾਵਣ ਵਾਲੀ ਕਣਕ ਘਰਾਂ ਕੋਲ ਤੁਲਦੀ ਪਈ ਸੀ ਸਾਫ਼ ਸੁਥਰੀ ਲਾਲ ਮਾਲ ਥ੍ਰੈਸ਼ਰ ਦਾ ਮੋਟਾ ਮਾਲ ਜਿਹੜਾ ਕੱਲ੍ਹ ਵਿਕਦਾ ਪਿਆ ਸੀ ਨਾ ਸਹੀ 2770 ਰੁਪਏ ਤੱਕ 80 ਰੁਪਏ ਤੱਕ, ਉਹ ਅੱਜ ਜਨਾਬ ਹੁੰਦਾ ਰੇਟ ਆ ਗਏ 2700 ਰੁਪਏ। ਅੱਲਾ ਤਾਲਾ ਕਰਮ ਕਰੇ ਸੀ 2700 ਰੁਪਏ ਰੇਟ ਆ ਗਏ ਸੀ ਹੁੰਦਾ। ਅਤੇ ਜਿਹੜੀ ਹਾਰਵੈਸਟਰ ਦਾ ਮਾਲ ਹੈ ਸਾਫ਼ ਸੁਥਰਾ ਮਾਲ ਹੈ ਉਹ ਤਾਂ 20 ਰੁਪਏ ਘੱਟ 2670-80 ਰੁਪਏ ਤੱਕ ਉਹ ਮਾਲ ਵੀ ਮਿਲ ਵੈਂਦੇ ਸੀ ਸਾਕੂ ਗੱਲਾਂ ਮੰਡੀ 'ਚੋਂ। ਅਤੇ ਮਿੱਲਾਂ ਦਾ ਲਾਜ਼ਮੀ ਗੱਲ ਸੀ, ਮਿੱਲਾਂ ਦਾ ਵੀ ਘੱਟ ਹੋ ਸੀ ਅਤੇ ਜਿਹੜਾ ਇਲਾਕਾ ਚੱਲਦਾ ਪਿਆ ਹੁਣ ਆਪ ਸੋਚ ਕੇ ਜਿਹੜੀ ਅੱਛੀ ਕਣਕ 2700 ਰੁਪਏ ਮਿੱਲ 'ਚ ਮੰਡੀ 'ਚ ਵਿਕਦੀ ਪਈ ਹੈ ਇਲਾਕੇ 'ਚੋਂ ਕਿਆ ਰੇਟ ਲੋਡ ਥੀ ਸੀ। ਲਾਜ਼ਮੀ ਗੱਲ ਹੈ 150 ਘੱਟ ਹੋ ਸੀ ਅਤੇ ਮਜ਼ਦੂਰੀਆਂ ਹਨ, ਕਿਰਾਏ ਹਨ ਆ ਅਤੇ ਜਿਹੜਾ ਕੋਈ ਇੱਥਾਂ ਪੁੱਜ ਸੀ ਇੱਥੇ ਦੇ ਵੱਲ ਮਜ਼ਦੂਰੀਆਂ ਹਨ, ਖਰਚੇ ਹਨ ਅਤੇ ਵੱਲ 2700 ਵਿੱਚ ਇਹਦੇ ਪੈਣ, ਯਾਨੀ ਕਿ ਇਲਾਕਾ ਵੀ ਤਕਰੀਬਨ ਕੋਈ 2600-2650 ਰੁਪਇਆ ਹੋ ਸੀ ਅੰਦਾਜ਼ਾ ਹੈ ਮੇਰਾ। ਅੱਗੋਂ ਅੱਲਾਹ ਬਿਹਤਰ ਜਾਣਦੇ ਕਿ ਇਲਾਕਾ ਰੇਟ ਕਿਆ ਚੱਲਦਾ ਪਏ। ਅਤੇ ਅੱਲਾਹ ਬਿਹਤਰ ਕਰੇ, ਅੱਲਾਹ ਤਾਲਾ ਖੈਰ ਕਰੇ, ਅੱਲਾਹ ਤਾਲਾ ਹਰ ਕਿਸੇ ਨੂੰ ਰਿਸਕ ਦੇਵੇ। ਜਿੰਨਾ ਕਣਕ ਗਿਣ ਗਿੱਧੀ ਉਹ ਵੀ ਪਰੇਸ਼ਾਨ ਹੈ ਜਾਂ ਨਾ ਗਿਨੂ ਆ ਥੋੜ੍ਹੇ ਡੀ ਬੇਇੰਤਜ਼ਾਰ ਕਰੂੰ ਆ ਤਾਂ ਵੱਲ ਗਿਣ ਗਿਨੂ ਆ। ਅਤੇ ਅਸੀਂ ਆਪਣੇ ਵਿਰਾਹ ਕੁੜੇ ਇਜਾਜ਼ਤਾਂ ਵਿਰਾਹ ਕੁੜ ਖੇਸ ਹੋ ਦੁਆਵਾਂ 'ਚ ਯਾਦ ਅਤੇ ਇਨਸ਼ਾਅੱਲਾ ਜੋ ਅੱਲਾ ਕੋ ਮਨਜ਼ੂਰ ਥੀ ਸੀ ਉਹ ਥੀ ਸੀ ਸਹੀ ਅਤੇ ਪਰੇਸ਼ਾਨ ਥੀ ਵੜ ਕਿਆ ਨਹੀਂ, ਜੋ ਨਸੀਬੇ 'ਚ ਉਹ ਮਿਲ ਸੀ, ਹੁਣ ਨਾ ਵੱਧ ਮਿਲ ਸੀ ਨਾ ਘੱਟ ਮਿਲ ਸੀ। ਅਤੇ ਆਪਣੇ ਵਿਰਾਹ ਕੋ ਦੁਆ ਯਾਦ ਰੱਖੇ ਸੋ, ਇਨਸ਼ਾਅੱਲਾ ਮੁਲਾਕਾਤ ਸੀ ਕੱਲ੍ਹ ਨਵੇਂ ਰੇਡ ਨਾਲ ਅਤੇ ਨਵੇਂ ਵੀਡੀਓ ਨਾਲ। ਤਬ ਤੱਕ ਦਿਓ ਆਪਣੇ ਵਿਰਾਹ ਕੋ ਇਜਾਜ਼ਤ, ਅੱਲਾ ਹਾਫਿਜ਼।